ਕਿਸਾਨ ਅਤੇ ਪੁਲਿਸ ਜਿੱਥੇ ਇੱਕ ਵਾਰ ਫੇਰ ਤੋਂ ਬੀਤੇ ਦਿਨਾਂ ਆਮੋ ਸਾਹਮਣੇ ਹੋਏ ਟਕਰਾਅ ਹੋਇਆ, ਉਸ ਤੋਂ ਬਾਅਦ ਹੁਣ ਖਨੌਰੀ ਬਾਰਡਰ ਜੋ ਹੈ ਇੱਕ ਵਾਰ ਫੇਰ ਤੋਂ ਚਰਚਾ ਦੇ ਵਿੱਚ ਆਇਆ, ਕਿਉਂਕਿ ਖਨੌਰੀ ਬਾਰਡਰ ਹੁਣ ਕ੍ਰਿਕਟ ਦਾ ਮੈਦਾਨ ਬਣਨ ਜਾ ਰਿਹਾ, ਕਿਉਂਕਿ ਕਿਸਾਨਾਂ ਦੇ ਵੱਲੋਂ ਹੁਣ ਵੱਡੀ ਸੰਖਿਆ ਦੇ ਵਿੱਚ ਬੈਟ ਲਿਆਂਦੇ ਗਏ ਨੇ। ਆਖਿਰ ਇਸ ਬੈਟ ਦੇ ਨਾਲ ਬੋਲ ਕੀ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਅਥਰੂ ਗੈਸ ਦੇ ਗੋਲੇ ਪੁਲਿਸ ਦੇ ਵੱਲੋਂ ਛੱਡੇ ਜਾਂਦੇ ਨੇ, ਹੁਣ ਕਿਸਾਨ ਉਸਦਾ ਸਾਹਮਣਾ ਬੈਟ ਦੇ ਨਾਲ ਕਰਨਗੇ। ਯਾਨੀ ਕਿ ਬੈਟ ਦੇ ਨਾਲ ਜਿੱਥੇ ਬੋਲ ਦਾ ਕੰਬੀਨੇਸ਼ਨ ਹੁੰਦਾ ਸੀ, ਉੱਥੇ ਹੀ ਹੁਣ ਬੈਟ ਦਾ ਕੰਬੀਨੇਸ਼ਨ ਜੋ ਹੈ ਉਹ ਅਥਰੂ ਗੈਸ ਦੇ ਗੋਲੇ ਹੋਣਗੇ। ਯਾਨੀ ਕਿ ਜਦੋਂ ਉੱਧਰੋਂ ਗੋਲਾ ਸੁੱਟਿਆ ਜਾਵੇਗਾ ਅਥਰੂ ਗੈਸ ਦਾ, ਤਾਂ ਦੂਜੇ ਪਾਸੇ ਤੋਂ ਕਿਸਾਨ ਉਸਨੂੰ ਬੈਟ ਦੇ ਨਾਲ ਹੀ ਹਿੱਟ ਕਰਨਗੇ। ਯਾਨੀ ਕਿ ਗੋਲਾ ਜੋ ਹੈ ਦੁਆਰ ਤੋਂ ਉਸ ਪਾਰ ਪੁਲਿਸ ਵਾਲੇ ਪਾਸੇ ਜਾ ਕੇ ਫਟ ਸਕਦਾ ਹੈ। ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਖਨੌਰੀ ਬਾਰਡਰ, ਕਿਉਂਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਜਿੱਥੇ ਡਰੋਨ ਦਾ ਤੋੜ ਕੱਢਿਆ ਗਿਆ, ਉਸ ਤੋਂ ਬਾਅਦ ਹੁਣ ਜਿਹੜੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ, ਹੁਣ ਉਸਦਾ ਵੀ ਤੋੜ ਕੱਢ ਲਿਆ ਗਿਆ। ਬੈਟ ਜੋ ਨੇ ਉਹ ਬਾਰਡਰ ਦੇ ਉੱਤੇ ਲਿਆਂਦੇ ਗਏ ਨੇ, ਅਤੇ ਕਿਸਾਨਾਂ ਨੇ ਇਸਦਾ ਇਸਤੇਮਾਲ ਕਿਵੇਂ ਕਰਨਾ ਉਹ ਵੀ ਉਹਨਾਂ ਨੇ ਕਰਕੇ ਵਿਖਾਇਆ। ਤਾਂ ਤਸਵੀਰਾਂ ਵੀ ਇਸਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਹੱਥਾਂ ਦੇ ਵਿੱਚ ਬੈਟ ਫੜੇ ਹੋਏ ਨੇ। ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਕਿਸਾਨ ਦੀ ਜਾਨ ਵੀ ਚਲੀ ਗਈ ਹੈ, ਪਰ ਦੂਜੇ ਪਾਸੇ ਕਿਸਾਨਾਂ ਦੇ ਹੌਸਲੇ ਜੋ ਨੇ ਉਹ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ, ਅਤੇ ਹਰ ਇੱਕ ਸਮੱਸਿਆ ਦਾ ਉਹਨਾਂ ਦੇ ਵੱਲੋਂ ਹੱਲ ਕੱਢਿਆ ਜਾ ਰਿਹਾ। ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨਾਂ ਦੀ ਤਾਂ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਇੱਕ ਵਾਰ ਫਿਰ ਤੋਂ ਐਲਾਨ ਕੀਤਾ ਗਿਆ ਸੀ, ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਲਗਾਤਾਰ ਬੈਰੀਕੇਡਿੰਗ ਕੀਤੀ ਗਈ ਹੈ, ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹੈ, ਉਸ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਤੋਂ ਟਕਰਾਅ ਹੁੰਦਾ ਹੈ। ਟਕਰਾਅ ਦੇ ਵਿੱਚ ਕਈ ਕਿਸਾਨ ਜ਼ਖਮੀ ਹੋ ਜਾਂਦੇ ਨੇ, ਜਿਸ ਤੋਂ ਬਾਅਦ ਹੁਣ ਹੰਝੂ ਗੈਸ ਦੇ ਗੋਲਿਆਂ ਦਾ ਕਿਸਾਨਾਂ ਦੇ ਵੱਲੋਂ ਤੋੜ ਕੱਢਿਆ ਗਿਆ, ਅਤੇ ਹੁਣ ਆਪਣੇ ਨਾਲ ਉਹ ਜੇਕਰ ਕੂਚ ਕਰਨਾ ਵੀ ਹੋਇਆ ਬਾਰਡਰ ਵੱਲ ਤਾਂ ਆਪਣੇ ਨਾਲ ਉਹ ਬੈਟ ਰੱਖਣਗੇ। ਉਹਨਾਂ ਦਾ ਕਹਿਣਾ ਕਿ ਇਸ ਬੈਟ ਦੇ ਨਾਲ ਜਦੋਂ ਵੀ ਹੰਝੂ ਗੈਸ ਦਾ ਗੋਲਾ ਆਵੇਗਾ ਤਾਂ ਉਸਨੂੰ ਬੋਲ ਸਮਝ ਕੇ ਬੈਟ ਦੇ ਨਾਲ ਹਿੱਟ ਕੀਤਾ ਜਾਵੇਗਾ। ਹਾਂਜੀ ਭਾਜੀ, ਤੁਹਾਡਾ ਨਾਮ ਜੀ? ਸੁਖਦੇਵ ਸਿੰਘ ਜੀ। ਭਾਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੂਰੀ ਤਿਆਰੀ 'ਚ ਆਏ ਹੋ, ਪੂਰਾ ਕ੍ਰਿਕਟ ਦਾ ਮੈਦਾਨ ਬਣਾਇਆ ਹੋਇਆ ਖਨੌਰੀ ਬਾਰਡਰ, ਕੀ ਕਹਿਣਾ ਚਾਹੋਗੇ? ਚੌਕੇ ਸਿੱਕੇ ਜਾਣਗੇ ਜੀ, ਮੁੜ ਕੇ ਦਿੱਲੀ ਤੱਕ ਜਾਣਗੇ। ਠੀਕ, ਇਹ ਬੈਟ ਕਿਉਂ ਚੱਕਿਆ ਤੁਸੀਂ ਅੱਜ? ਸਮੋਕ ਬੰਬਾਂ ਨੂੰ ਵਾਪਸ ਭੇਜਣ ਵਾਸਤੇ। ਅੱਛਾ, ਵੀ ਹਵਾ 'ਚ ਜਿਹੜਾ ਬੰਬ ਹੋਊਗਾ ਉਹ ਛੱਕੇ ਲਾਉਂਗੇ ਤੁਸੀਂ? ਠੀਕ ਹੈ ਠੀਕ ਹੈ ਠੀਕ ਹੈ। ਸੋ ਪੂਰੀ ਤਿਆਰੀ ਹੈ? ਫੁੱਲ ਤਿਆਰੀ ਹੈ ਜੀ। ਇੱਕ ਅੱਧਾ ਸ਼ਾਟ ਲਗਾ ਦੂੰਗੇ, ਦਿਖਾ ਦੂੰਗੇ ਦਰਸ਼ਕਾਂ ਨੂੰ। ਠੀਕ ਹੈ, ਇਹ ਤੁਸੀਂ ਹੋ ਆਏ ਹੋ ਇਕੱਲੇ ਬੈਟ ਦੀ ਤਿਆਰੀ ਨਾਲ, ਹੋਰ ਵੀ ਨੌਜਵਾਨ ਨੇ ਪੂਰੀ ਟੀਮ ਆਈ ਹੋਈ ਹੈ? ਠੀਕ ਹੈ ਭਾਈ।